ਦੱਸ ਵਜੇ ਬੈਠੇ ਨਹੀਂ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ, ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਨਹੀਂ ਕਰਦੇ ਹੈਗੇ ਉਹਦੀ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ, ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ, ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨਹੀਂ ਖਾਧਾ ਸੀਗਾ, ਸੁਬਹ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਰੇਬਾਜ਼ੀ ਕੀਤੀ। ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ, ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਰੇਬਾਜ਼ੀ ਕੀਤੀ, ਮੈਡਮ ਇੱਧਰ ਆ ਗਏ। ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਤੋਂ ਇੱਧਰ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ। ਜਦੋਂ ਬਾਅਦ ਚ ਮੈਡਮ ਆਏ, ਮੈਡਮ ਉਰੇ ਆ ਗਏ, ਬੱਚੇ ਅਗਰੈਸ਼ਨ ਚ ਸੀਗੇ, ਬੱਚਿਆਂ ਨੇ ਨਾਰੇਬਾਜ਼ੀ ਸਟਾਰਟ ਕੀਤੀ, ਮੈਡਮ ਉੱਧਰ ਨੂੰ ਫੇਰ ਵਗ ਗਏ, ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ। ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ, ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ, ਉਹ 27-32 ਰੁਪਏ ਕਰਤੇ। ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ, ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30-4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਖੇ ਐਡਜਸਟ ਕਰਦੇ ਹਾਂ, ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ, ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ ਚ ਕੋਈ ਕਾਰਵਾਈ ਨਹੀਂ ਕਰਦੇ, ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰ ਰਹੇ ਆ, ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ, ਇਹ ਸਾਡਾ ਮਸਲਾ ਹੈਗਾ। ਇਦੂ ਬਿਨਾਂ ਹੋਸਟਲ ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੋਕੇਜ ਆ, ਵਾਸ਼ ਬੇਸਿਨ ਲਗਾਤਾਰ ਬਲੋਕ ਹੁੰਦੇ ਆ। ਕੱਲ ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ, ਇੰਨਾ ਮਾੜਾ ਹਾਲ ਹੈਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਹਾਂ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਹਾਂ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ, ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ, ਉੱਤੋਂ ਸਾਡੇ ਨਾਰਿਆਂ, ਅਸੀਂ ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ, ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਹਾਂ। ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ, ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ,
ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਾਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ, ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ। At the moment, I am not in a position to comment because I am trying to resolve the issues. I would definitely, in what capacity I have come to ask me, that is an issue. I would not like to comment on anything. Not at all. Because we are trying, we are holding a meeting for that reason. Aussi aussi cheez hai, discussion kar rahe. We are doing that. Dekho, that is also an issue because I have just taken the charge in the last 10 days. I came on 18th. Kuch hai, bahut hi nahi hai, but whatever is there, we are trying to solve. Can't say that because, you know, I am trying to look into it. I am trying to reach out to what we can do about the students. Because I don't... unnecessary comment nahi kar paungi is pe, please. Tusi, please do not... I will not be able to comment unless I know what is the reason. See, all of them are sitting here. I will not like to say anything until I am able to resolve. Yes, yes. I visited the hostel day before also, but I will not like to comment. Even our madam had visited the hostel, Dean Academic, but we are trying to resolve the issue. No, we can't. I cannot say at the moment because ahi gal ho rahi hai ke something else is also coming up in this, that it is not from the mess alone. It has to be something else. It's, there is something behind it. So, at the moment, I will not like to... Obviously. That has to be seen because I just took the charge in the last 10 days. And why these things were not resolved earlier has to be seen.